ਖਾਲੋ ਦੋਸਤੋ ਲਾਸਟ ਚੈਪਟਰ ਦੇ ਵਿੱਚ ਆਪਾਂ ਵਰਗ ਅਤੇ ਵਰਗਮੂਲ ਬਾਰੇ ਗੱਲ ਕੀਤੀ ਸੀ ਵਰਗ ਅਤੇ ਵਰਗਮੂਲ ਥੋੜਾ ਜਿਹਾ ਰਿਪੀਟ ਕਰ ਰਹੇ ਹਾਂ ਮੈਂ ਵਰਗ ਕੀ ਸੀ ਕਿਸੇ ਸੰਖਿਆ ਦਾ ਵਰਗ ਅਸਲ ਦੇ ਵਿੱਚ ਉਸ ਸੰਖਿਆ ਦੀ ਦੋ ਬਾਰ ਗੁਣਾ ਕਰਨਾ ਸੀ ਅਗਰ ਆਪਾਂ 5 ਦਾ ਵਰਗ ਲਿਖਦੇ ਆ ਆਪਾਂ 2 ਘਾਤ ਲਿਖਦੇ ਹੁੰਦੇ ਸੀ ਵਰਗ ਦੀ ਤਾਂ 5 5 25 6 7 ਆਪਾਂ ਲਗ ਲਗ ਗੱਲਾਂ ਕੀਤੀਆਂ ਸੀ ਸੇਮ ਜਦੋਂ ਆਪਾਂ ਵਰਗਮੂਲ ਦੀ ਗੱਲ ਕੀਤੀ ਸੀ ਤਾਂ ਫਿਰ ਵਰਗਮੂਲ ਕੀ ਹੈ ਉਲਟਾ 5 ਦਾ ਵਰਗ 25 ਤੇ 25 ਦਾ ਵਰਗਮੂਲ 5 ਜਿਹਦਾ ਨਿਸ਼ਾਨ ਆ ਸੀ ਤੇ ਜਿਓਮੈਟ੍ਰੀਕਲ ਪਾਰਟ ਦੇ ਵਿੱਚ ਮੈਂ ਲੈ ਕੇ ਚੱਲਾਂ ਆ ਇੱਕ ਵਰਗ ਬਣਾਇਆ ਜਦੀ ਹਰੇਕ ਭੁਜਾ 5-5 ਹੈ ਤੇ ਖੇਤਰਫਲ ਵਰਗ ਭੁਜਾ ਗੁਣਾ ਭੁਜਾ 25 ਤਾਂ ਅਸਲ ਦੇ ਵਿੱਚ ਫਿਰ ਕੀ ਹੋ ਗਿਆ ਜਿਹੜਾ ਸੰਖਿਆ ਦਾ ਵਰਗ ਸੀ ਤੇ ਜਿਓਮੈਟ੍ਰੀਕਲ ਪਾਰਟ ਦੇ ਨਾਲ ਅਗਰ ਆਪਾਂ ਕੰਪੇਅਰ ਕਰੀਏ ਤਾਂ ਉਹ ਵਰਗ ਦਾ ਖੇਤਰਫਲ ਹੈ ਦੇਖੋ ਧਿਆਨ ਨਾਲ ਅਲਜਬ੍ਰਿਕਲੀ ਪੀਜ ਗਣਿਤ ਜਾਂ ਅਰਿਥਮੈਟਿਕ ਰੂਪ ਦੇ ਵਿੱਚ ਜੋ ਸੰਖਿਆ ਦਾ ਵਰਗ ਹੈ ਅਸਲ ਦੇ ਵਿੱਚ ਜਿਓਮੈਟ੍ਰਿਕਲੀ ਉਹ ਦਾ ਖੇਤਰਫਲ ਹੈ ਤੇ ਜੋ ਵਰਗਮੂਲ ਹੈ ਉਹ ਦੀ ਕੀ ਹੈ ਖੇਤਰਫਲ ਦੀ ਭੂਜਾ ਇਹ ਆਪਾਂ ਪਿਛਲੇ ਚੈਪਟਰ ਦੇ ਵਿੱਚ ਡਿਟੇਲਸ ਗੱਲ ਕੀਤਾ ਸੀ ਹੁਣ ਆਪਣੇ ਕੋਲੇ ਆ ਗਿਆ ਕਣ ਅਤੇ ਕਣਮੂਲ ਕੀ ਆ ਗਿਆ ਆਪਣੇ ਕੋਲੇ ਕਣ ਅਤੇ ਕਣਮੂਲ ਤਾਂ ਜਿਓਮੈਟ੍ਰਿਕਲੀ ਪਹਿਲਾਂ ਆਪਾਂ ਕੰਨ ਬਣਾਣੇ ਆ ਇੱਕ 3 ਡਾਈਮੈਂਸ਼ਨ ਫਿਗਰ ਹੈ ਤਿੰਨ ਦਿਸ਼ਾਵੀ ਆ ਬਣਾਇਆ ਮੰਨੇ ਇੱਕ ਡਾਈਮੈਂਸ਼ਨ ਬਣਾਈ ਹੈ ਉਦਾਹਰਨ ਦੇ ਤੌਰ ਤੇ ਲੁੱਡੋ ਜਿਹੜੇ ਆਪਾਂ ਖੇਡਦੇ ਆ ਉਹ ਡਾਟਾ ਬੜਾ ਬੋਲਦੇ ਡਾਈਸ ਹੈ ਉਹ ਇੱਕ ਕੰਨ ਹੈ ਸਭ ਤੋਂ ਵਧੀਆ ਉਦਾਹਰਨ ਉਸ ਦੀ ਇਹ ਹੈ ਜਿਹਦੇ ਤਿੰਨ ਦਿਸ਼ਾ ਹੁੰਦੀ ਆ ਦੇਖੋ ਇਹ ਅਸ ਅਕੋਰਡਿੰਗ ਵੀ ਹੁੰਦਾ ਇਸ ਦਿਸ਼ਾ ਚ ਵੀ ਹੁੰਦਾ ਇਹ ਉੱਪਰ ਚ ਮਤਲਬ ਆਪਾਂ ਕਹਿੰਦੇ ਆ ਮੋਟਾਈ ਜਿਸ ਨੂੰ ਬੋਲਦੇ ਆ ਏਕਾ ਨੇ ਹੁਣ ਅਗਰ ਹਰੇਕ ਦੀ ਪੂਜਾ ਪੰਜ ਪੰਜ ਤੇ ਪੰਜ ਹੈ ਲੰਬਾਈ ਚੜਾਈ ਅਤੇ ਉਚਾਈ ਲੰਬਾਈ ਪੰਜ ਚੜਾਈ ਪੰਜ ਉਚਾਈ ਪੁਚ ਤਖੇ ਦੇਖੋ ਇੱਥੇ ਵਰਗ ਦਾ ਖੇਤਰਫਲ ਉਹਦੇ ਅੰਦਰਲੀ ਜਗ੍ਹਾ ਤਾਂ ਜਿਹੜਾ ਉਹ ਡੇਟਾ ਦੀ ਉਹ ਐਗਜ਼ਾਮਪਲ ਲੈ ਕੇ ਚੱਲਿਆਂ ਡਾਈਸ ਦੀ ਐਗਜ਼ਾਮਪਲ ਲੈ ਕੇ ਚੱਲਿਆਂ ਜਿਹੜੀ ਉਹਦੇ ਅੰਦਰ ਸਪੇਸ ਹੈ ਉਹ ਸਾਰੀ ਉਹਨੂੰ ਕੀ ਬੋਲਦੇ ਆ ਆਇਤਨ ਬੋਲਦੇ ਆ ਤਾਂ ਘਣ ਦਾ ਜਿਹੜਾ ਆਇਤਨ ਹੈ ਉਹ ਕੀ ਹੁੰਦਾ ਹੈ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਕਿਉਂਕਿ ਉਹ ਸਾਰੀਆਂ ਬਰਾਬਰ ਹੁੰਦੀਆਂ ਨੇ ਤਾਂ ਉਹ ਇੱਕ ਸ਼ਬਦ ਆ ਜਾਂਦਾ ਹੈ ਪੂਜਾ ਗੁਣਾ ਪੂਜਾ ਗੁਣਾ ਪੂਜਾ ਕਿਉਂ ਕਿ ਤਿੰਨੇ ਜਿਹੜੀਆਂ ਡਾਈਮੈਂਸ਼ਨਸ ਨੇ ਜਿਹਨੂੰ ਮੈਂ ਲਿਖ ਕੇ ਚੱਲਿਆ ਲੰਬਾਈ ਚੌੜਾਈ ਉਚਾਈ ਤਿੰਨੇ ਆਪਸ ਦੇ ਵਿੱਚ ਬਰਾਬਰ ਹੁੰਦੀਆਂ ਨੇ ਤਾਂ ਇਸ ਕਰਕੇ ਤਿੰਨਾਂ ਨੂੰ ਇੱਕੋ ਹੀ ਨਾਮ ਦਿੱਤਾ ਗਿਆ ਪੂਜਾ ਗੁਣਾ ਪੂਜਾ ਗੁਣਾ ਪੂਜਾ ਤਾਂ ਕੰਦਾ ਜਿਹੜਾ ਆਇਤਨ ਹੋ ਗਿਆ ਅਸਲ ਦੇ ਵਿੱਚ ਕੀ ਹੋ ਗਿਆ ਪੂਜਾ ਗੁਣਾ ਪੂਜਾ ਗੁਣਾ ਪੂਜਾ 5 5 5 5 ਦੀ ਘਾਤ 3 ਕਿਉਂਕਿ 5 ਤਿੰਨ ਵਾਰ ਆ ਗਿਆ 125 ਤਾਂ ਜੋ ਫਿਰ আয়ਤਨ ਹੋ ਗਿਆ ਆਪਣਾ ਉਹ ਹੋ ਗਿਆ ਜਿਹੜੀ ਇਹਦੇ ਅੰਦਰ ਸਪੇਸ ਹੈ ਸਾਰੀ ਇਹਦੇ ਅੰਦਰਲੀ ਸਪੇਸ ਉਹ ਸਾਰਾ ਇਹਦਾ আয়ਤਨ ਹੋ ਗਿਆ ਇਹ ਤਾਂ ਹੋ ਗਿਆ ਜਿਓਮੈਟ੍ਰੀਕਲ ਪਾਰਟ ਅਗਰ ਆਪਾਂ ਜਿਓਮੈਟ੍ਰੀਕਲ ਪਾਰਟ ਦੀ ਗੱਲ ਕਰੀਏ ਲੇਕਿਨ ਵੇਖੋ ਇੱਥੇ ਕਿਉਂਕਿ ਆਪਾਂ ਉਹਰੇ ਵਰਗ ਦੀ ਗੱਲ ਕੀਤੀ ਸੀ ਵਰਗ ਦੋ-ਦਿਸ਼ਾਮੀ ਆ 2 ਡਾਈਮੈਨਸ਼ਨਲ ਤਾਂ ਦੋ ਚੀਜ਼ਾਂ ਸੀ ਇੱਕ ਵਰਗ ਦੀ ਭੂਜਾ ਇੱਕ ਉਸ ਦਾ ਖੇਤਰਫਲ ਇਹ ਹੋ ਗਿਆ ਜਿਓਮੈਟ੍ਰੀਕਲ ਰੂਪ ਦੇ ਵਿੱਚ ਇੱਥੇ ਹੋ ਗਈ ਸੰਖਿਆ ਇਹ ਹੋ ਗਿਆ ਵਰਗ ਇਹ ਹੋ ਗਿਆ ਅੰਕਗਣਿਤਿਕ ਭਾਸ਼ਾ ਦੇ ਵਿੱਚ ਸੇਮ ਚੀਜ਼ ਇੱਥੇ ਹੈ ਆਪਾਂ ਜਦੋਂ ਘੰਡ ਦੀ ਗੱਲ ਕਰਦੇ ਹਾਂ ਕਿਉਂਕਿ ਸਭ ਤੋਂ ਪਹਿਲਾਂ ਤੁਹਾਨੂੰ ਇਹਨਾਂ ਦਾ ਕੰਪੈਰੀਜ਼ਨ ਪਤਾ ਹੋਣਾ ਚਾਹੀਦਾ ਹੈ ਕਿ ਦੋਨਾਂ 'ਚ ਫਰਕ ਕੀ ਹੈ ਇਹ ਹੈਗਾ ਤਿੰਨ ਦਿਸ਼ਾਮੀ ਤਾਂ ਫਿਰ ਜੋਏ ਦੀ ਪੂਜਾ ਉਹਦਾ ਆਪਾਂ ਕੱਢਿਆ ਆਇਤਨ ਜਿਹੜੀ ਉਹਦੀ ਸਪੇਸ ਹੈ ਦੇਖੋ ਬਿਲਕੁਲ ਸੇਮ ਚੀਜ਼ਾਂ ਚੱਲ ਰਹੀਆਂ ਨੇ ਚੱਲ ਰਹੀਆਂ ਨੇ ਨਾ ਤਾਂ ਮੈਥਿਕ ਗ੍ਰਿ ਅੰਕਗਣਿਤਿਕ ਰੂਪ ਦੇ ਵਿੱਚ ਆਹ ਹੋ ਗਈ ਸੰਖਿਆ ਆਹ ਹੋ ਗਿਆ ਕਣ ਇਹੀ ਹੋ ਗਿਆ ਨਾ ਤਾਂ ਆਇਤਨ ਹੋ ਗਿਆ ਉਹਦਾ ਕਣ ਹੋ ਗਿਆ ਤਾਂ ਜਦੋਂ ਕਣ ਦੀ ਗੱਲ ਆ ਜਾਂਦੀ ਹੈ ਤਾਂ ਫਿਰ ਆਪਾਂ ਕੀ ਕਰਦੇ ਹਾਂ ਸੰਖਿਆ ਦੀ ਤਿੰਨ ਵਾਰ ਗੁਣਾ ਕਰਦੇ ਹਾਂ ਕਿਉਂਕਿ ਉਹਦਾ ਕੰਸਰਨ ਆਇਤਨ ਦੇ ਨਾਲ ਹੈ ਤਾਂ ਦੇਖੋ ਫਿਰ ਆਪਣੇ ਕੋਲ ਕੀ ਆ ਗਿਆ ਸੰਖਿਆ ਤੇ ਸੰਖਿਆ ਦਾ ਘਣ ਇੱਕ ਇੱਕ ਦਾ ਘਣ 1 ਦੀ ਘਾਤ 3 1 1 1 1 2 2 ਦੀ ਘਾਤ 3 2 2 2 8 3 तीन दिका घात तीन तीयो तीयो नौ नौ तिया सताई चार चार घात तीन चार गुना चार गुना चार चौकम चौकी सोलह सोलह चौके चौहठ पंच की घात तीन पं गुना पुना पाँच पां पच्ची पच्चीज पच्ची, एक सौ पच्ची सेम छ तो जो दो आप घान की गल करा छे की घात तीन छे गुना छे गुना छे छिकम छिकी छा दो सौ सो, सोलह सत्त आ गया सत्त तीन सत गुना सत्त गुना सत्त सातो सात उन्ंजा उन्जा सात तीन सौ तरताली अठ अठ की घात तीन 8 8 8 8 8 64 64 8 512 9 9 ਦੇ 3 9 9 9 9 9 81 81 729 10 ਤਾਂ ਇੱਥੇ ਆਪਾਂ ਸਿਰਫ ਪਹਿਲੀਆਂ 10 ਸੰਖਿਆਵਾਂ ਦੇ ਘਣ ਦੀ ਗੱਲ ਕਰ ਰਹੇ ਹਾਂ 1 ਤੋਂ 10 ਤੱਕ ਤਾਂ ਦੇਖੋ 1 ਦਾ ਘਣ ਕਿੰਨਾ ਆ ਗਿਆ 1 2 ਦਾ ਘਣ 8 3 ਦਾ ਘਣ ਕਿੰਨਾ ਆ ਗਿਆ 27 4 ਦਾ 64 5 ਦਾ 125 6 ਦਾ 216 7 343 8 512 9 729 10 ਕੀ ਹੋ ਗਿਆ 1000 ਹੋ ਗਿਆ ਤਾਂ ਇਹ ਹੋ ਗਿਆ ਘਣ ਤਾਂ ਫਿਰ ਕੀ ਗੱਲ ਹੋਈ ਦੇਖੋ ਧਿਆਨ ਨਾਲ ਜਿਹੜੀ ਆਪਾਂ ਘਣ ਦੀ ਗੱਲ ਕੀਤੀ ਹੈ ਘਣ ਦੀ ਖਾਸੀਅਤ ਕੀ ਹੈ ਸੰਖਿਆ ਦੀ ਤਿਕੜੀ ਬਰੀ ਗੁੱਡ ਜਿਸ ਨੂੰ ਆਪਾਂ ਬੋਲਦੇ ਆ ਕਿਵੇਂ ਮੈਂ ਛੋਟੀ ਜਿਹੀ ਉਦਾਹਰਣ ਦੱਸ ਰਿਹਾ 6 6 ਹੁੰਦਾ ਹੈ 2 3 6 6 ਹੀ ਹੈ ਨਾ ਤਾਂ ਜਦੋਂ ਆਪਾਂ 6 ਦਾ ਘਾਨ ਕੀਤਾ 6 6 6 216 ਅਤੇ 216 ਦੇ ਜਦੋਂ ਆਪਾਂ ਗੁਨਨਖੰਡ ਬਣਾਵਾਂਗੇ ਮੈਂ ਉਹਰੇ ਬਣਾਈ ਰਿਹਾ 2 ਦੇ ਪਹਾੜੇ ਤੇ ਗਿਆ 108 2 ਦੇ ਪਹਾੜੇ ਤੇ ਗਿਆ 54 2 ਦੇ ਪਹਾੜੇ ਤੇ ਗਿਆ 27 3 ਦੇ ਪਹਾੜੇ ਤੇ ਗਿਆ 9 3 ਦੇ ਪਹਾੜੇ ਤੇ ਗਿਆ 3 3 ਤੇ ਗਿਆ 1 ਤਾਂ 216 ਅਸਲ 'ਚ ਆਪਣੇ ਕੋਲ ਬਣ ਗਿਆ 2 2 3 3 3 ਤਾਂ ਕੀ ਹੋਇਆ ਅਗਰ ਆਪਾਂ ਉਰੇ ਦੇਖੋ 6 2 ਤੇ 3 ਹੈ ਉਰੇ ਦੋ ਸੰਖਿਆਵਾਂ ਆ ਗਈਆਂ ਤਾਂ ਉਹਨਾਂ ਦੇ ਘਾਣ ਦੇ ਵਿੱਚ ਕੀ ਹੋਣੀ ਹੈ ਉਸ ਦੀ ਟਿੱਕੜੀ ਹੋਣੀ ਹੈ ਤ੍ਰਿਗੁਠ ਹੋਣਾ ਉਹਨਾਂ ਦਾ ਜਿਹੜੀ ਸੰਖਿਆ ਦੀ ਆਪਾਂ ਗੱਲ ਕਰਦੇ ਆਂ ਜਦੋਂ ਆਪਾਂ ਉਹਦਾ ਘਣ ਕੱਢਦੇ ਆਂ ਤਾਂ ਉਹਦੇ ਵਿੱਚ ਤ੍ਰਿਗੁਣ ਹੁੰਦਾ ਦੇਖੋ ਵਰਗ ਦੇ ਵਿੱਚ ਮੈਂ ਪੈਰਲਲ ਲੈ ਕੇ ਚੱਲ ਰਿਹਾ ਸਮਝਾਉਣ ਦੇ ਲਈ ਵਰਗ ਦੇ ਵਿੱਚ ਕੀ ਖਾਸियत ਸੀ ਜੋੜੀਆਂ ਜੋਟੇ ਹੁੰਦੇ ਸੀ ਹੈਨਾ ਇੱਕੋ ਸੰਖਿਆ ਦੋ ਵਾਰ ਹੁੰਦੀ ਸੀ ਤੇ ਘਣ ਵਿੱਚ ਕੀ ਹੋ ਗਿਆ ਇੱਕੋ ਸੰਖਿਆ ਕਿੰਨੇ ਵਾਰ ਹੋ ਗਈ ਤਿੰਨ ਵਾਰ ਹੋ ਗਈ ਆ ਫਰਕ ਐ ਸਿਰਫ ਆਪਣੇ ਕੋਲੇ ਇੱਕੋ ਸੰਖਿਆ ਕਿੰਨੇ ਵਾਰ ਹੋ ਗਈ ਤਿੰਨ ਵਾਰ ਤੁਸੀਂ ਕੋਈ ਵੀ ਹੋਰ ਉਦਾਹਰਨ ਲੈ ਕੇ ਚੈੱਕ ਕਰ ਸਕਦੇ ਹੋ ਤਾਂ ਤੁਸੀਂ ਦੇਖੋਗੇ ਕੀ ਆਣਾ ਤੁਹਾਡੇ ਕੋਲੇ ਕਿ ਕੰਨ ਦੇ ਵਿੱਚ ਜਦੋਂ ਆਪਾਂ ਗੁਨਨਖੰਡ ਵਿਧੀ ਅਪਣਾਵਾਂਗੇ ਤਾਂ ਜਿਹੜੇ ਇੱਕ ਸੰਖਿਆ ਤਿਕਣੀਆਂ ਦੇ ਵਿੱਚ ਹੋਣੀ ਹੈ ਅਗਰ ਉਹ ਤਿਕਣੀਆਂ ਦੇ ਵਿੱਚ ਹੈ ਤਾਂ ਤਾਂ ਹੋ ਕੀ ਹੈ ਕੰਨ ਹੈ ਅਗਰ ਉਹ ਤਿਕਣੀਆਂ ਦੇ ਵਿੱਚ ਨਹੀਂ ਹੈ ਤਾਂ ਉਹ ਕੰਨ ਨਹੀਂ ਹੈਗੀ ਆਪਾਂ ਉਸ ਬਾਰੇ ਬੜੀ ਡਿਟੇਲ ਚ ਚਰਚਾ ਕਰਾਂਗੇ ਹੁਣ ਇਸ ਤੋਂ ਪਹਿਲਾਂ ਦੇਖੋ ਤੁਸੀਂ ਚੈੱਕ ਕੀਤਾ ਹੋਣਾ ਇੱਕ ਦਾ ਕੰਨ ਇੱਕ ਮੈਂ ਸਿਰਫ ਟਾਂਕ ਵਾਲੀਆਂ ਸੰਖਿਆਵਾਂ ਲਿਖ ਰਿਹਾ 3 ਦਾ ਕੰਨ 27 5 ਦਾ ਘਣ 125 7 ਦਾ ਘਣ 343 9 ਦਾ ਘਣ 729 2 ਦਾ ਘਣ 8 4 ਦਾ ਘਣ 64 6 ਦਾ ਘਣ 216 8 ਦਾ ਘਣ 512 10 ਦਾ ਘਣ 1000 ਆਹੀ ਬਣਿਆ ਸੀ ਨਾ ਆਪਣੇ ਕੋਲੇ ਤੁਸੀਂ ਚੈੱਕ ਕੀਤਾ ਹੋਣਾ ਇਹੀ ਬਣਿਆ ਸੀ ਨਾ ਹੁਣ ਇਧਰ ਆਪਣੇ ਕੋਲੇ ਕਿਹੜੀਆਂ ਸੰਖਿਆਵਾਂ ਆ ਗਈਆਂ ਟਾਂਕ ਉਧਰਲੇ ਪਾਸੇ ਆਪਾਂ ਕਿਹੜੀਆਂ ਨਿਖਤੀਆਂ ਜਸਤ ਇਹ ਹੋ ਗਿਆ ਟਾਂਕ ਇਹ ਹੋ ਗਿਆ ਜਸਤ ਤਾਂ ਖਾਸियत ਕੀ ਹੋਈ ਟਾਂਕ ਦਾ ਜਿਹੜਾ ਕਣ ਹੈ ਕਿਹੜੀ ਸੰਖਿਆ ਟਾਂਕ ਤਾਂ ਫਿਰ ਆਪਣੇ ਕੋਲੇ ਕੀ ਬਣ ਗਿਆ ਟਾਂਕ ਸੰਖਿਆ ਦਾ ਕਣ ਟਾਂਕ ਸੰਖਿਆ ਹੁੰਦਾ ਹੈ ਤੇ ਇਧਰ ਜਸਤ ਸੰਖਿਆ ਦਾ ਕੰਨ ਜਿਸਤ ਸੰਖਿਆ ਹੁੰਦਾ ਹੈ ਵਰਗ ਦੇ ਵੀ ਸੇਮ ਪ੍ਰੋਪਰਟੀ ਸੀ ਵਰਗ ਦੇ ਵਿੱਚ ਟਾਂਕ ਦਾ ਵਰਗ ਟਾਂਕ ਹੁੰਦਾ ਤੇ ਜਿਸਤ ਦਾ ਵਰਗ ਜਿਸਤ ਹੁੰਦਾ ਸੇਮ ਇੱਥੇ ਹੈ ਟਾਂਕ ਸੰਖਿਆ ਦਾ ਕੰਨ ਟਾਂਕ ਸੰਖਿਆ ਹੁੰਦਾ ਅਤੇ ਜਿਸਤ ਸੰਖਿਆ ਦਾ ਕੰਨ ਜਿਸਤ ਸੰਖਿਆ ਹੁੰਦਾ ਹੁਣ ਆਪਾਂ ਜਿਹੜੀ ਗੱਲ ਕਰਨੀ ਹੈ ਆਪਾਂ ਗੱਲ ਕਰਾਂਗੇ ਕਿ ਸੰਖਿਆਵਾਂ ਮਾ ਪੂਰਨ ਕੰਨ ਹਨ ਜਾਂ ਨਹੀਂ ਸਭ ਤੋਂ ਇੰਪੋਰਟੈਂਟ ਚੀਜ਼ ਉਦਾਹਰਣ ਲੈ ਕੇ ਚੱਲਦੇ ਆ ਕੀ 1728 ਪੂਰਨ ਕੰਨ ਸੰਖਿਆ ਹੈ ਤਾਂ ਜਦੋਂ ਆਪਾਂ ਕੋਈ ਵੀ ਪੂਰਨ ਕੰਨ ਸੰਖਿਆ ਚੈੱਕ ਕਰਨੀ ਹੈ ਆਪਣੇ ਕੋਲ ਇੱਕੋ ਹੀ ਵਿਧੀ ਹੈ ਅਪਾਦ ਗੁਨਨਖੰਡ ਵਿਧੀ ਤਾਂ ਆਪਾਂ ਉਹਦੇ ਗੁਨਨਖੰਡ ਕਰਾਂਗੇ जोटे वाली संख्या दोड़ते दे दे वंटी गई अठ दूनी सोलह बारह छे बज गया चार दो चार तीन दो 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 एक छे फिर दो वंडिया गया एक सौ अठ दो चरवंजा दो सताई तीन तो नौ तीन तो तीन तीन तो एक ता जो सतारा सौ अठाई है ਉਹ ਕਿਹਦੇ ਬਰਾਬਰ ਆ ਗਿਆ ਦੇਖੋ 1 2 3 4 5 6 6 ਤਾਂ 2 ਆ ਗਏ 1 2 3 4 5 6 3 3 ਆ ਗਏ ਆਪਾਂ ਨੇ ਚੈੱਕ ਕਰਨਾ ਇਹ ਪੂਰਨ ਕਨ ਹੈ ਜਾਂ ਨਹੀਂ ਤਾਂ ਕੀ ਕਰਾਂਗੇ ਟਿਕੜੀਆਂ ਦੇਖਾਂਗੇ ਤ੍ਰਿਕੁਟ ਦੇਖਾਂਗੇ ਇੱਥੇ 2 ਦਾ ਤ੍ਰਿਕੁਟ ਕੰਪਲੀਟ ਹੈ ਇੱਥੇ 2 ਦਾ ਤ੍ਰਿਕੁਟ ਕੰਪਲੀਟ ਹੈ ਇੱਥੇ ਤਿੰਨ ਦਾ ਤ੍ਰਿਗੁਣ ਕੰਪਲੀਟ ਹੈ ਤਾਂ ਹਾਂ ਇਹ ਪੂਰਨ ਕੰਨ ਸੰਖਿਆ ਹੈ ਹੋਰ ਉਧਾਰਨਾਂ 'ਤੇ ਚੈੱਕ ਕਰਦੇ ਆਂ ਹੋਰ ਉਧਾਰਨ ਚੈੱਕ ਕਰਦੇ ਆਂ ਆਪਾਂ 2744 ਬਾਰੇ ਕੀ 2744 ਪੂਰਨ ਕੰਨ ਸੰਖਿਆ ਹੈ ਜਾਂ ਨਹੀਂ जोटे वाली संख्या दो ते वंटी गई एक तीन सत्त दो फिर जोटा दो ते छे अठ फिर दो ते तीन चार तीन तीन सौ तरताली वंडिया जाएगा हूँ यह बड़ी इंपोर्टेंट है सत्त का देखो मैं थोड़ा कुछ कन कहूँगा का याद रखने हैं क्योंकि सत्त एक भाज संख्या है ਤਾਂ ਇਹਦਾ ਮਤਲਬ ਇਹ ਸੰਖਿਆ ਸਿਰਫ 7 ਤੇ ਵੰਡੀ ਜਾਊਗੀ ਹੋਰ ਕਿਸੇ ਤੇ ਨਹੀਂ ਵੰਡੀ ਜਾਂਦੀ ਤਾਂ ਤੁਸੀਂ ਕੁਝ ਕੁ ਅਪਹਾਜ ਸੰਖਿਆਵਾਂ 7 11 ਅਤੇ 13 ਖਾਸ ਕਰਕੇ ਇਹ ਤਿੰਨ ਜਾਂ ਚਾਰ ਸੰਖਿਆਵਾਂ ਮਹਿਜੀਆਂ ਨੇ ਜਿਨ੍ਹਾਂ ਦੇ ਘਣ ਤੁਹਾਨੂੰ ਯਾਦ ਹੋਣ 11 ਦਾ ਘਣ ਹੁੰਦਾ ਹੈ 1331 ਕਿਉਂਕਿ ਇਹ ਹੋਰ ਕਿਸੇ ਪਹਾੜ ਤੇ ਨਹੀਂ ਵੰਡਿਆ ਜਾਂਦਾ 13 ਦਾ ਘਣ ਹੁੰਦਾ ਹੈ 2197 ਤਾਂ ਇਹ ਤਿੰਨ ਘਣ ਤੁਹਾਨੂੰ ਯਾਦ ਹੋਣ ਕਿਉਂਕਿ ਦੇਖੋ 343 ਨੂੰ ਜਦੋਂ ਆਪਾਂ ਵੰਡਣ ਦੀ ਕੋਸ਼ਿਸ਼ ਕਰਦੇ ਆ ਨਾਰਮਲ ਸੰਖਿਆ ਨੂੰ ਤਾਂ ਆਪਾਂ 2 3 ਜਾਂ 4 ਤੱਕ ਹੀ ਵੰਡਦੇ ਆ ਕਿਤੇ ਨਾ ਕਿ ਆਪਾਂ 7 ਤੇ ਨਹੀਂ ਜਾਂਦੇ ਤਾਂ ਤੁਸੀਂ ਇਹ ਗੱਲ ਨੂੰ ਯਾਦ ਰੱਖਣਾ ਹੈ ਕਿ 343 ਕਿੰਦਾ ਘਾਣਾ ਹੈ 7 ਦਾ 7 ਨਾਲ ਵੰਡਾਂਗੇ 49 7 ਨਾਲ ਵੰਡਿਆ 7 7 ਤੇ ਵੰਡਿਆ 1 ਤਾਂ 2744 ਕਿਹਦੇ ਬਰਾਬਰ ਆ ਗਿਆ 2 2 2 7 7 7 ਆ ਤਿਕੜੀ ਕੰਪਲੀਟ ਆ ਤਿਕੜੀ ਕੰਪਲੀਟ ਤਾਂ ਇਸ ਲਈ ਕਿਉਂਕਿ ਤਿਕੜੀਆਂ ਕੰਪਲੀਟ ਹੈ ਤਾਂ ਜਿਹੜੇ 2740 ਹੈ ਉਹ ਪੂਰਨ ਘਣ ਸੰਖਿਆ ਹੈ ਤਾਂ ਆਪਾਂ ਇਸ ਅਕੋਰਡਿੰਗ ਇਸ ਨੂੰ ਚੈੱਕ ਕਰ ਸਕਦੇ ਹਾਂ ਮੈਂ ਇੱਕ ਉਦਾਹਰਣ ਹੋਰ ਲੈ ਰਿਹਾ ਥੋੜਾ ਹੋਰ ਕਲੀਅਰ ਹੋ ਜਾਊਗਾ ਆਪਾਂ ਗੱਲ ਕਰ ਰਹੇ ਹਾਂ 6750 ਦੀ ਕੀ ਇਸ ਦਾ 750 ਪੂਰਨ ਘਣ ਸੰਖਿਆ ਹੈ 2 ਤੇ ਵੰਡਿਆ 3375 ਕਿਉਂਕਿ ਪਿੱਛੇ 5 ਐ 5 ਤੇ ਵੰਡਦੇ ਆ 6 7 5 ਫੇਰ 5 ਤੇ ਵੰਡਿਆ ਗਿਆ 1 3 5 ਫੇਰ 5 ਤੇ ਵੰਡਿਆ ਗਿਆ 27 3 ਤੇ ਵੰਡਿਆ ਗਿਆ 9 3 ਤੇ ਵੰਡਿਆ ਗਿਆ 3 3 ਤੇ ਵੰਡਿਆ ਗਿਆ 1 10650 ਕੀ ਦੇ ਬਰਾਬਰ ਆ ਗਿਆ दो गुना पं गुना पांच गुना पं गुना तीन गुना तीन गुना तीन की यह पूर्ण घन संख्या है तिकड़ी कंप्लीट तिकड़ी कंप्लीट कला बच गया यह पूर्ण घन संख्या नहीं है ਕਿਉਂ ਨਹੀਂ ਹੈ ਕਿਉਂਕਿ ਜਦੋਂ ਆਪਾਂ ਇਹਦੇ ਗੁਨਨਖੰਡ ਬਣਾਏ ਤਾਂ ਗੁਨਨਖੰਡ ਬਣਾ ਕੇ ਜਿਹੜੀਆਂ ਸੰਖਿਆਵਾਂ ਨੇ ਉਹ ਤਿਕੜੀਆਂ ਤ੍ਰਿਗੁਟਾਂ ਦੇ ਵਿੱਚ ਨਹੀਂ ਹੈਗੀਆਂ ਇੱਥੇ ਹੁਣ ਮੈਂ ਇੱਕ ਕੁਐਸਚਨ ਨਾਲ ਜੋੜ ਰਿਹਾ ਪਹਿਲਾ ਕੁਐਸਚਨ ਤਾਂ ਕੀ ਸੀ 3650 ਇੱਕ ਪੂਰਨ ਘਣ ਸੰਖਿਆ ਹੈ ਪਹਿਲਾ ਕੁਐਸਚਨ ਦੂਸਰਾ ਕਿਹੜੀ छोटी तो छोटी संख्या नाल गुना करिए के कि पूरन घन बन जाए हूँ मैने एक क्वेश्चन नाल अटैच करता आप चेक कर लिया यह घन संख्या नहीं हैगी परु आपून संख्या बनाना है ਪੂਰਨ ਘਨ ਸੰਖਿਆ ਬਣਾਣਾ ਹੈ ਇਹਦਾ ਮਤਲਬ ਕੀ ਹੈ ਜਿਹੜੀਆਂ ਉਹਦੇ ਵਿੱਚ ਸੰਖਿਆਵਾਂ ਚੱਲ ਰਹੀਆਂ ਨੇ ਆਪਾਂ ਉਹਦੀਆਂ ਤਿਕੜੀਆਂ ਪੂਰੀਆਂ ਕਰਨੀਆਂ ਨੇ ਉਹਨਾਂ ਦੇ ਤ੍ਰਿਗੁਣ ਪੂਰੇ ਕਰਨੇ ਹੈ 5 ਦਾ ਤ੍ਰਿਗੁਣ ਪੂਰਾ ਹੈ 3 ਦਾ ਤ੍ਰਿਗੁਣ ਪੂਰਾ ਹੈ 2 ਆਪਣੇ ਕੋਲੇ ਸਿਰਫ ਇੱਕ ਵਾਰ ਆ ਰਿਹਾ ਇੱਥੇ ਇੱਕ ਵਾਰ ਆ ਰਿਹਾ ਨਾ ਤੇ ਤ੍ਰਿਗੁਣ ਪੂਰਾ ਕਰਨ ਦੇ ਲਈ 2 ਆਪਾਂ ਨੂੰ ਕਿੰਨੇ ਵਾਰ ਚਾਹੀਦਾ ਹੈ 3 ਵਾਰੀ ਬਿਲਕੁਲ ਸਹੀ ਇੱਕ ਵਾਰੀ ਹੈਗਾ ਤਿੰਨ ਵਾਰੀ ਆਪਾਂ ਨੂੰ ਪੂਰਾ ਕਰਨਾ ਹੈ ਪੂਰਾ ਚਾਹੀਦਾ ਹੈ ਤਾਂ ਇਹਦਾ ਮਤਲਬ ਦੋ ਦੀ ਕਿੰਨੇ ਵਾਰ ਗੁਣਾ ਕਰਨੀ ਪਊਗੀ ਦੋ ਵਾਰੀ ਕਿਉਂਕਿ 1 2 ਆਪਣੇ ਕੋਲੇ ਹੈਗਾ ਦੋ ਦੋ ਦੀ ਜੇ ਆਪਾਂ ਇਹਦਾ ਗੁਣਾ ਕਰਦੀਏ ਤਾਂ ਦੋ ਦੋ ਨਹੀਂ ਕਿੰਨਾ ਹੋ ਗਿਆ 4 ਹੋ ਗਿਆ ਤਾਂ ਜਦੋਂ ਆਪਾਂ ਇਹਨੂੰ 4 ਨਾਲ ਗੁਣਾ ਕਰਦਾਂਗੇ ਦੇਖੋ ਆਪਣੇ ਕੋਲ ਕੀ ਬਣ ਜਾਣਾ ਹੈ 1 2 ਇੱਥੇ ਰਿਹਾ ਦੋ ਦੋ ਆਪਾਂ ਆਪਣੇ ਕੰਨੀਓ ਕਰਤੇ 5 ਆਲਰੇਡੀ ਕੰਪਲੀਟ ਪਿਆ ਹੈ 3 ਆਲਰੇਡੀ ਕੰਪਲੀਟ ਪਿਆ ਹੈ ਤਾਂ ਜਿਹੜੀ ਆ ਚੀਜ਼ ਬਣ ਗਈ ਇਹ ਆਪਣੀ ਕੀ ਬਣ ਗਈ कंप्लीट बन गया पूरा कान बन गया। मतलब कन बन गया मतलब जो इस संख्या की आप चार गुना करा तो यह पूर्ण कन बन जाएगी कुछ होर उदाहरण आप इस पर लैके चलते हैं इतने देखो अपने को क्वेश्चन जो बन रहे हैं पहला कि यह पूर्ण पूर्ण कन संख्या है दूसरा छोटी तो छोटी संख्या न गुना करिए कि यह पूरन बन जाए तो जड़ी टिकड़ी पूरी ਨਹੀਂ ਹੈਗੀ ਉਹਦੇ ਨਾਲ ਆਪਾਂ ਇਹਨੂੰ ਹੱਲ ਕਰ ਸਕਦੇ ਹਾਂ ਹੁਣ ਸੇਮ ਆਪਾਂ ਹੋਰ ਕੁਝ ਹੋਰ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਜਿਵੇਂ ਆਪਾਂ ਗੱਲ ਕੀਤੀ ਸੀ ਐਗਜ਼ਾਮਪਲ ਹੈ ਆਪਣੇ ਕੋਲੇ 675 ਨੂੰ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨਾਲ ਗੁਣਾ ਕਰੀਏ ਕਿ ਇਹ ਪੂਰਨ ਘਣ ਬਣ ਜਾਵੇ ਤਾਂ ਆਪਾਂ ਹੁਣ 675 ਚੈੱਕ ਕਰਨਾ ਹੈ ਤਾਂ ਕੀ ਕਰਾਂਗੇ 675 ਦੇ ਗੁਨਫਖੰਡ ਪਿੱਛੇ 5 ਆ ਗਿਆ 5 ਦੇ ਪਹਾੜ ਦੇ ਵੰਡਿਆ ਗਿਆ 135 ਫੇਰ 5 ਆ ਗਿਆ 27 3 ਦੇ ਪਾੜ ਦੇ ਵੰਡਿਆ 9 3 ਦੇ ਪਾੜ ਦੇ ਵੰਡਿਆ 9 3 ਦੇ ਪਾੜ ਤੇ ਵੰਡਿਆ 1 ਤਾਂ ਜੋ 675 ਹੈ ਉਹ ਕਿਸ ਦੇ ਬਰਾਬਰ ਆ ਗਿਆ 5 5 3 3 3 ਤਾਂ ਹੁਣ ਆਪਾਂ ਕਿਉਂਕਿ ਘੰਨ ਦੀ ਗੱਲ ਕਰਨੀ ਹੈ ਤਾਂ ਪਹਿਲਾਂ ਟਿਕੜੀਆਂ ਆਹ ਟਿਕੜੀ ਕੰਪਲੀਟ ਹੈ ਇੱਥੇ ਜੋ 5 ਹੈ ਉਹ ਦੋ ਵਾਰ ਹੀ ਆ ਰਿਹਾ ਹੈ ਦੋ ਵਾਰ ਹੀ ਆ ਰਿਹਾ ਆਪਾਂ ਨੂੰ 5 ਕਿੰਨੇ ਵਾਰ ਚਾਹੀਦਾ ਹੈ ਤਿੰਨ ਵਾਰੀ ਤਾਂ ਇਹਦਾ ਮਤਲਬ 1 5 ਹੋਰ ਚਾਹੀਦਾ ਹੈ ਤਾਂ ਇਹਦਾ ਮਤਲਬ ਫਿਰ 5 ਨਾਲ ਗੁਣਾ ਕਰਨ ਤੇ 675 ਪੂਰਨ ਕੰਨ ਬਣ ਜਾਵੇਗਾ ਤਾਂ ਦੇਖੋ ਇਸ ਤਰੀਕੇ ਦੇ ਨਾਲ ਆਪਣੇ ਕੋਲੇ ਕੁਸ਼ਚਨ ਹੈ ਕਿਉਂਕਿ ਆਪਾਂ ਉਰੇ ਤਿਕੜੀਆਂ ਨੂੰ ਕੀ ਕਰਨਾ ਹੈ ਚੈੱਕ ਕਰਨਾ ਹੈ ਤਿਕੜੀਆਂ ਨੂੰ ਚੈੱਕ ਕਰਕੇ ਆਪਾਂ ਇੱਥੇ ਦੇਖਾਂਗੇ ਕਿ ਕਿਹੜੀ ਸੰਖਿਆ ਆਪਣੀ ਪੂਰਨ ਕੰਨ ਹੈ ਜਾਂ ਨਹੀਂ ਹੋਰ ਉਦਾਹਰਣ ਲੈ ਲੈਨੇ ਆਪਾਂ ਇੱਕ ਉਦਾਹਰਣ ਹੈ ਬਿਲਕੁਲ ਛੋਟੀ ਜਿਹੀ ਲੈ ਰਿਹਾ ਮੈਂ 72 ਨੂੰ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨਾਲ ਗੁਣਾ ਕਰੀਏ के पूर्न कान बन जाए बहत्तर दो दे पहाड़ पर वंडिया गया छत्ती दो दे पहाड़ से दे वंडिया गया अठारह दोड़े दे दे वंडिया गया नौ तीयो तीयो नौ एक ता फिर बहत्तर आ गया दो गुना दो गुना दो गुना तीन गुना तीन आ तिकड़ी कंप्लीट तीन किन्ने वार है अपने को ले? दो वारी ਆਪਾਂ ਨੂੰ ਕਿੰਨੇ ਵਾਰ ਚਾਹੀਦਾ 3 ਇੱਕ ਵਾਰ ਹੀ ਹੋਰ ਚਾਹੀਦਾ ਤਾਂ 3 ਨਾਲ ਗੁਣਾ ਕਰਨ ਤੇ ਜੋ 72 ਹੈ ਉਹ ਕੀ ਬਣ ਜਾਵੇਗਾ ਪੂਰਨ ਘਣ ਬਣ ਜਾਵੇਗਾ ਤਾਂ ਇਸ ਅਕੋਰਡਿੰਗ ਆਪਾਂ ਕੁਐਸਚਨ ਕਰ ਸਕਦੇ ਹਾਂ ਮੈਂ ਇੱਕ ਸੇਮ ਸਟੇਟਮੈਂਟ ਲੈ ਕੇ ਚੱਲ ਰਿਹਾ ਮੈਂ ਇੱਕ ਸੰਖਿਆ ਹੋਰ ਲੈ ਕੇ ਚੱਲਦਾ ਥੋੜੀ ਜਿਹੀ ਮੈਂ ਟ੍ਰਿਕ ਹੀ ਕਰ ਰਿਹਾ 600 600 ਨੂੰ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨਾਲ ਗੁਣਾ ਕਰੀਏ ਕਿ ਇਹ ਪੂਰਨ ਘਣ ਬਣ ਜਾਵੇ 600 ਦੇ ਗੁਣਖੰਡ 2 ਤੇ 300 2 ਤੇ 150 2 ਤੇ 75 5 ਦੇ ਪਹਾੜੇ ਤੇ ਵੰਡਿਆ ਗਿਆ 15 5 ਦੇ ਪਹਾੜੇ ਦੇ ਵੰਡਿਆ ਗਿਆ 3 3 ਦੇ ਪਹਾੜੇ ਤੇ ਵੰਡਿਆ ਗਿਆ 1 ਤਾਂ ਜੋ 600 ਆ ਗਿਆ ਉਹ ਕੀ ਆ ਗਿਆ 2 2 2 5 5 3 ਆਹ ਟਿਕੜੀ ਕੰਪਲੀਟ ਹੋ ਗਈ 5 ਇੱਥੇ ਹੈਗਾ 2 ਵਾਰ 3 ਇੱਥੇ ਹੈਗਾ 1 ਵਾਰੀ ਪਰੰਤੂ ਆਪਾਂ ਨੇ ਟਿਕੜੀਆਂ ਕੰਪਲੀਟ ਕਰਨੀਆਂ ਐ ਤਾਂ ਇਹਦਾ ਮਤਲਬ 5 ਆਪਾਂ ਨੂੰ ਚਾਹੀਦਾ ਇੱਕ ਵਾਰ ਹੋਰ ਤੇ 2 ਵਾਰੀ ਹੈਗਾ ਇੱਕ ਵਾਰੀ 5 ਹੋਰ ਚਾਹੀਦਾ 3 ਇੱਕ ਵਾਰੀ ਆ ਦੇਖੋ ਉਰੇ ਫਰਕ ਕੀ ਪੈ ਗਿਆ ਹੁਣ ਤੱਕ ਆਪਾਂ ਜਿੰਨੀਆਂ ਵੀ ਐਗਜ਼ਾਮਪਲਾਂ ਲਈਆਂ ਸੀ ਉੱਥੇ ਇੱਕ ਇੱਕ ਸੰਖਿਆ ਸੀ ਪਰੰਤੂ ਇੱਥੇ ਦੋ ਸੰਖਿਆਵਾਂ ਆ ਗਈਆਂ ਜਿਹੜੀਆਂ ਤਿਕੜੀਆਂ ਦੇ ਵਿੱਚ ਤ੍ਰਿਗੁਟਾ ਦੇ ਵਿੱਚ ਨਹੀਂ ਹਨ ਤਾਂ ਆਪਾਂ ਦੋਨੇ ਸੰਖਿਆਵਾਂ ਨੂੰ ਤ੍ਰਿਗੁਟਾਂਚ ਕਰਾਂਗੇ ਆ ਦੋ ਵਾਰੀ ਆ ਇੱਕ ਵਾਰੀ ਹੋ ਗਿਆ ਆ ਇੱਕ ਵਾਰੀ ਹੈ ਦੋ ਵਾਰੀ ਹੋ ਗਿਆ ਤਾਂ ਇਹਦਾ ਮਤਲਬ ਇੱਕ ਤਾਂ ਪੰਜ ਚਾਹੀਦਾ ਦੋ ਆਪਾਂ ਨੂੰ ਤਿੰਨ ਚਾਹੀਦੇ ਨੇ ਦੇਖੋ 1 5 2 ਆਲਰੇਡੀ ਇੱਥੇ ਪਏ ਨੇ ਇੱਕ ਹੋਰ ਲਿਆਏ ਤਾਂ 3 5 ਹੋ ਗਏ 1 3 ਇੱਥੇ ਆਲਰੇਡੀ ਪਿਆ 2 ਆਪਾਂ ਹੋਰ ਲੈ 3 3 ਹੋ ਗਏ ਤਾਂ 5 3 15 3 45 ਤਾਂ ਜਦੋਂ ਆਪਾਂ ਇਹਨੂੰ 45 ਨਾਲ ਗੁਣਾ ਕਰਾਂਗੇ ਇਸ ਸੰਖਿਆ ਨੂੰ ਤਾਂ ਇਹ ਆਪਣੇ ਕੋਲੇ ਕੀ ਬਣ ਜਾਊਗਾ ਪੂਰਨ ਘਣ ਬਣ ਜਾਵੇਗਾ ਤਾਂ ਇਹ ਤਾਂ ਹੋ ਗਿਆ ਆਪਣੇ ਕੋਲੇ ਦੇਖੋ ਗੁਣਾ ਵਾਲੇ ਕੁਸ਼ਚਨ ਇੱਥੇ ਦੋ ਸੰਖਿਆਵਾਂ ਮਜ਼ੇ ਕਿਉਂਕਿ ਆਪਾਂ ਤਿਕੜੀਆਂ ਨੂੰ ਕੰਪਲੀਟ ਕਰਨਾ ਹੈ ਹੁਣ ਮੈਂ ਐਗਜ਼ਾਮਪਲ ਲੈ ਰਿਹਾ 1 ਵਾਲੀ ਦੇਖੋ ਵਰਗਮੂਲ ਵਰਗਾ ਵਾਲਾ ਸੇਮ ਟੌਪਿਕ ਹੈ ਉੱਥੇ ਆਪਾਂ ਵਰਗ ਦੀ ਗੱਲ ਕਰਦੇ ਸੀ ਇੱਥੇ ਘਣ ਦੀ ਨੂੰ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨਾਲ ਵੰਡ ਕਰੀਏ ਆਪਾਂ ਇੱਕ ਉਦਾਹਰਣ ਲੈ ਕੇ ਚੱਲਦੇ ਹਾਂ ਜਿਦੇ ਵਿੱਚ ਆਪਾਂ ਇੱਕ ਸੰਖਿਆ ਲੈ ਲਈ ਮੰਨ ਲਓ ਆਪਾਂ ਲੈ ਲਈ 128 128 ਨੂੰ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨਾਲ ਵੰਡ ਕਰੀਏ ਕਿ ਇਹ ਪੂਰਨ ਘਣ ਬਣ ਜਾਵੇ ਗੁਨਨਖੰਡ 2 ਦੇ ਭਾੜੇ ਤੇ ਗਿਆ 64 2 ਦੇ ਭਾੜੇ ਤੇ ਗਿਆ 32 2 ਤੇ ਗਿਆ 16 2 ਤੇ ਗਿਆ 8 2 ਤੇ ਗਿਆ 4 2 ਤੇ ਗਿਆ 2 2 ਤੇ ਗਿਆ 1 ਤਾਂ ਫਿਰ 128 ਕਿਹਦੇ ਬਰਾਬਰ ਆ ਗਿਆ 1 2 3 4 5 6 7 2 ਆ ਗਿਆ ਆਪਣੇ ਕੋਲੇ ਤਾਂ ਸਭ ਤੋਂ ਪਹਿਲਾਂ ਆਪਾਂ ਟਿਕੜੀਆਂ ਨੂੰ ਕੰਪਲੀਟ ਕਰਾਂਗੇ ਟਿਕੜੀਆਂ ਨੂੰ ਕੰਪਲੀਟ ਕਰਾਂਗੇ ਨਾ ਆਹ ਟਿਕੜੀ ਕੰਪਲੀਟ ਆ ਆ ਇਕੱਲਾ ਬਚ ਗਿਆ ਆ ਬਚ ਗਿਆ ਆਪਣੇ ਕੋਲੇ ਅਗਰ ਤਾਂ ਹੁੰਦਾ ਗੁਣਾ ਕਰਨ ਦੀ ਦੇਖੋ ਗੱਲ ਕਿੱਥੇ ਆ ਗਈ ਅਗਰ ਤਾਂ ਹੁੰਦਾ ਗੁਣਾ ਕਰਨੀ ਹੈ ਉਰੇ ਗੁਣਾ ਸ਼ਬਦ ਆ ਦੰਦਾ ਤਾਂ ਉਰੇ 1 2 ਹੈਗਾ ਤਿੱਕਣੇ ਵਾਲੀ 2 2 ਹੋਰ ਚਾਹੀਦੇ ਸੀ ਮੈਂ ਦੋਨੇ ਕੁਸ਼ਚਨ ਉਰੇ ਪੈਰਲ ਦੇਖੋ ਪਿਛਲਾ ਕੁਸ਼ਚਨ ਸੀ ਗੁਣਾ ਵਾਲਾ ਤਾਂ ਆਪਾਂ ਨੂੰ 2 2 ਹੋਰ ਚਾਹੀਦੇ ਸੀ ਇਹਦਾ ਮਤਲਬ ਆਪਾਂ 4 ਨਾਲ ਗੁਣਾ ਕਰਦੇ ਲੇਕਿਨ ਆਪਾਂ ਉਹਨੇ ਵੰਡ ਕਰਨੀ ਹੈ ਤਾਂ ਵੰਡ ਦੇ ਲਈ ਕੀ ਕਰਾਂਗੇ ਜਿਹੜੀਆਂ ਤਿੱਕਣੀਆਂ ਕੰਪਲੀਟ ਨੇ ਉਹਨੂੰ ਰੱਖਾਂਗੇ ਬਾਕੀ ਨੂੰ ਆਪਾਂ ਹਟਾ ਦਾਂਗੇ ਹਟਾਣ ਦਾ ਮਤਲਬ ਖਤਮ ਕਰ ਦਾਂਗੇ ਤਾਂ ਉਰੇ 1 2 ਬਚ ਗਿਆ ਤਾਂ ਇਹਦਾ ਮਤਲਬ 2 ਨਾਲ ਜਦੋਂ ਇਹਨੂੰ ਆਪਾਂ ਵੰਡ ਕਰਤੀ ਵੰਡ ਕਰਤੀ ਪਿੱਛੇ ਕੀ ਬਚ ਗਿਆ ਆਹ ਬਚ ਗਿਆ ਨਾ ਇਹ ਕੀ ਨੇ ਤਿਕੜੀਆਂ ਪੂਰੀਆਂ ਨੇ 2 ਨਾਲ ਵੰਡ ਕਰਨ ਤੇ ਜਿਹੜਾ 128 ਹੈ ਇਹ ਕੀ ਬਣ ਜਾਣਾ ਹੈ ਪੂਰਨ ਕਨ ਬਣ ਜਾਣਾ ਇੱਥੇ ਆਪਾਂ ਦੇਖੋ ਕੀ ਕਰਨਾ ਹੈ ਆਪਾਂ ਤਿਕੜੀਆਂ ਦੀ ਗੱਲ ਕਰਨੀ ਹੈ ਹੋਰ ਉਦਾਹਰਣ ਦੇਖੋ ਮੈਂ 128 ਦੀ ਥਾਂ ਤੇ ਹੁਣ ਲੈ ਰਿਹਾ 192 ਸੇਮ ਕੁਐਸਚਨ ਸਭ ਕੁਝ ਸੇਮ 192 ਨੂੰ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨਾਲ ਵੰਡ ਕਰੀਏ ਕਿ ਇਹ ਪੂਰਨ ਘਣ ਬਣ ਜਾਵੇ 192 2 96 ਤੇ ਗਿਆ 2 48 2 24 2 12 2 6 2 3 3 1 ਤਾਂ 192 ਕਿ ਦੇ ਬਰਾਬਰ ਆ ਗਿਆ 6 ਤਾਂ 2 ਆ ਗਏ 1 3 ਤਿਕੜੀ ਕੰਪਲੀਟ ਤਿਕੜੀ ਕੰਪਲੀਟ ਆ ਬਚ ਗਿਆ ਤਾਂ ਕੀ ਕਰਾਂਗੇ ਇਹਦੇ ਨਾਲ ਵੰਡ ਕਰਦਾਂਗੇ 3 ਨਾਲ ਵੰਡਣ ਤੇ ਜਿਹੜੀ 192 ਆ ਜਦੋਂ 192 ਤਿੰਨ ਨਾਲ ਵੰਡਾਂਗੇ ਤਾਂ ਵੰਡ ਕੇ ਜਿਹੜੀ ਸੰਖਿਆ ਆਊਗੀ ਉਹ ਕੀ ਬਣੂਗੀ ਪੂਰਨ ਘਣ ਬਣ ਜਾਵੇਗੀ एक किताब यह हो गया डायरक्ट लिखे जिथे आप भी कि छोटी तो छोटी संख्या न गुना करिए वंट करिए एक किताब तो बड़ा इंट्रस्टिंग क्वेश्चन है क्वेश्चन की है राज ने प्लास्टिक पलास्टिक एक कनाव बनाया जिस दया पुजाव 5 ਸੈਂਟੀਮੀਟਰ 2 ਸੈਂਟੀਮੀਟਰ ਅਤੇ 5 ਸੈਂਟੀਮੀਟਰ ਹੈ ਜਾਂ ਹਾਂ ਜਿਸ ਦੀ ਆਪ ਭੁਜਾਵਾਂ 5 ਸੈਂਟੀਮੀਟਰ 2 ਸੈਂਟੀਮੀਟਰ ਅਤੇ 5 ਸੈਂਟੀਮੀਟਰ ਹਨ ਇੱਕ ਕਣ ਬਣਾਉਣ ਲਈ ਉਸ ਨੂੰ ਕਿੰਨੇ ਕਣਾਵਾ ਦੀ ਜ਼ਰੂਰਤ ਹੈ ਉਹਨੇ ਕੰਨ ਬਣਾਣਾ ਹੈ ਦੇਖੋ ਸਿੱਧੀ ਜੀ ਗੱਲ ਕੰਨ ਬਣਾਣਾ ਹੈ ਉਹਦੇ ਕੋਲ ਕੀ ਹੈ ਆਪੂ ਜਾ ਮੁੰਨੇ ਸਭ ਤੋਂ ਪਹਿਲਾਂ ਕਨਾਵ ਦਾ ਆਇਤਨ ਆਪਾਂ ਨੂੰ ਪਤਾ ਹੈ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ 5 2 5 ਇਹ ਬਣ ਗਿਆ ਕਨਾਵ ਦਾ ਆਇਤਨ ਕਨਾਵ ਆਪਣੇ ਕੋਲੇ ਇਸ ਟਾਈਪ ਦੀ ਸ਼ੇਪ ਚ ਹੁੰਦਾ ਹੈ ਪਰੰਤੂ ਉਹਨੇ ਇਹਨੂੰ ਘਣ ਬਣਾਣਾ ਹੈ ਦੇਖੋ ਫਰਕ ਕੀ ਪੈ ਗਿਆ ਹੁਣ ਤੱਕ ਜਿੰਨੇ ਵੀ ਆਪਾਂ ਕੁਸ਼ਣ ਕੀਤੇ ਸੀ ਉਹ ਆਪਾਂ ਡਾਇਰੈਕਟ ਲਿਖੇ ਸੀ ਇਹਨਾਂ ਨੇ ਇੱਕ ਪ੍ਰੈਕਟੀਕਲ ਸਮੱਸਿਆ ਦਿੱਤੀ ਕਿ ਕਨਾਲ ਦਾ ਇੱਕ ਉਹਦਾ ਡੱਬਾ ਹੈਗਾ ਇੱਕ ਨਾਲ ਦਾ ਉਹ ਕਿੰਨੇ ਕ ਡੱਬੇ ਬਣਾਵੇ ਕਿ ਪੂਰਨ ਘਣ ਬਣ ਜਾਵੇ ਚੌਰਸ ਬਣ ਜਾਵੇ ਚਾਰੇ ਪਾਸਿਓ ਸਿੱਧੇ ਜੇ ਗੱਲ ਹੈ ਆਪਣੇ ਕੋਲੇ ਆ ਆ ਗਿਆ ਕਿਉਂਕਿ ਆਪਾਂ ਗੱਲ ਕੀਤੀ ਹੋਈ ਹੈ ਜਿਹੜਾ ਆਇਤਨ ਹੈ ਅਸਲ ਦੇ ਵਿੱਚ ਉਹ ਕਣ ਹੈ ਕਣ ਦੀ ਸੰਖਿਆ ਇੱਕ ਇਹਨੂੰ ਪੂਰਨ ਕਣ ਬਣਾਣਾ ਹੈ ਬਣਾਣਾ ਨਾ ਤਾਂ ਪੂਰਨ ਕਣ ਬਣਾਉਣ ਲਈ ਕੀ ਕਰਾਂਗੇ ਇੱਥੇ 5 ਕਿੰਨੇ ਵਾਰ ਆ ਰਿਹਾ ਦੋ ਵਾਰ 5 ਕਿੰਨੇ ਵਾਰ ਆ ਰਿਹਾ ਦੋ ਵਾਰ ਦੋ ਕਿੰਨੇ ਵਾਰ ਹੀ ਆ ਰਿਹਾ ਇੱਕ ਵਾਰੀ ਪੂਰਨ ਕਣ ਬਣਾਉਣ ਲਈ ਕੀ ਚਾਹੀਦਾ ਹੈ ਇੱਕ ਵਾਰੀ ਤਾਂ 5 ਚਾਹੀਦਾ ਹੈ ਹਿੰ ਤਾਂ ਨਵਾਰੀ ਹੋਊਗਾ ਟਿਕਣੀਆਂ ਕੰਨ ਦੇ ਲਈ ਟਿਕਣੀਆਂ ਚਾਹੀਦੀਆਂ ਨੇ ਊਰੇ 5 2 ਵਾਰ ਐ 1 5 ਹੋਰ ਚਾਹੀਦਾ 2 1 ਵਾਰੀ ਐ ਤੇ 2 ਕਿੰਨੇ ਵਾਰ ਚਾਹੀਦਾ ਆਪਾਂ ਨੂੰ 2 ਬਾਰ ਤਾਂ ਇਹਦਾ ਮਤਲਬ 2 5 ਨੇ 1 5 ਚਾਹੀਦਾ 1 2 ਐ 2 2 ਚਾਹੀਦੇ ਐ 5 ਚੋਕਾ 20 ਤਾਂ ਇਹ ਜੇ ਜਦੋਂ 20 ਕਨਾਰ ਹੋਣਗੇ ਉਹਦੇ ਕੋਲੇ ਉਹਨੇ ਪੂਰਾ ਇੱਕ ਚੌਰਸ ਡੱਬਾ ਜਿਹਨੂੰ ਆਪਾਂ ਕੰਨ ਬੋਲਦੇ ਆ ਉਹ ਕਰ ਦੂਗਾ ਦੇਖੋ ਕੁਐਸਚਨ ਨੂੰ ਕੀ ਕੀਤਾ ਇਹ ਦੂ ਪਹਿਲਾਂ ਇੱਕ ਸੰਖਿਆ ਦਿੱਤੀ ਹੋਈ ਸੀ ਆਪਾਂ ਉਹਦੇ ਗੁਨਨਖੰਡ ਬਣਾ ਕੇ ਉਹਨੂੰ ਹੱਲ ਕਰਦੇ ਸੀ ਲੇਕਿਨ ਇੱਥੇ ਇਹਨਾਂ ਨੇ ਪੂਜਾ ਦੇ ਦਿੱਤੀ ਘਣਾਵ ਦਿੱਤਾ ਤਾਂ ਆਇਤਨ ਕੱਢਾਂਗੇ ਪਹਿਲਾਂ ਆਪਾਂ ਉਹਨੂੰ ਆਪਾਂ ਪੂਰਨ ਘਣ ਦੀ ਸ਼ੇਪ ਚ ਕਰ ਦਾਂਗੇ ਤਾਂ ਏਸੇ ਆਪਣੇ ਕੋਲੇ ਘਣ ਦਾ ਪਹਿਲਾ ਟੌਪਿਕ ਘਣ ਨੂੰ ਕਰਨਾ ਕਿਵੇਂ ਹੈ ਥੈਂਕ ਯੂ